ਤੇ ਬੇਸਿਕਲੀ ਕੱਲ ਨਾਨਾ ਜਿਹੜਾ ਸੀ ਮਰਡਰ ਹੋ ਗਿਆ ਸੀ, ਇਸ ਦੀ ਇਨਫੋਰਮੇਸ਼ਨ ਮਿਲੀ ਸੀ ਤੇ ਮੌਕੇ ਤੇ SHO ਸਾਹਿਬ ਗਏ ਸੀਗੇ। ਉਸ ਤੋਂ ਇਲਾਵਾ ਇੰਚਾਰਜ CIA ਇੰਸਪੈਕਟਰ ਬਲਜਿੰਦਰ ਸਿੰਘ ਵੀ ਉੱਥੇ ਪਹੁੰਚੇ ਸੀ, ਥਾਣੇ ਪਹੁੰਚੇ ਸੀਗੇ। ਤੇ ਜਦੋਂ ਉਹਨੂੰ ਲਾਇਆ ਗਿਆ, ਦੋਸ਼ੀ ਨੂੰ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਥੋੜ੍ਹੀ ਨਸ਼ਾ ਕੀਤਾ ਹੋਇਆ ਸੀ। ਨਸ਼ੇ ਦੇ ਹਾਲਤ ਵਿੱਚ ਜਿਹੜੀ ਉਹ ਗਲੀ ਜਾਂਦੀ ਹੈ, ਮੁਹੱਲੇ ਦੀ ਗਲੀ 'ਚ ਇਹਨਾਂ ਦੀ ਜਿਹੜੇ ਡਿਸੀਜ਼ਡ ਹੈ ਮ੍ਰਿਤਕ ਹੈ ਉਹਨਾਂ ਨਾਲ ਕੋਈ ਤੁਤੂ ਮੈਵੇਂ ਹੋ ਗਈ ਸੀਗੀ, ਜਿਸ ਕਰਕੇ ਉਸ ਤੋਂ ਬਾਅਦ, ਔਰ ਇਹ ਸਾਰੀ ਗੱਲਾਂ ਜਿਹੜੀਆਂ CCTV ਫੁਟੇਜ 'ਚ ਵੀ ਕੈਪਚਰ ਹੈ, ਪੁਲਿਸ ਕੋਲ ਸੀ ਰਿਕਾਰਡਿੰਗ ਹੈ। ਤੇ ਉਸ ਤੋਂ ਬਾਅਦ ਉਹ ਆਪਣੇ ਘਰ ਗਏ, ਜਿਹੜੇ ਦੋਸ਼ੀ ਹੈਗੇ ਆਪਣੇ ਘਰੋਂ ਗੰਡਾਸਾ ਚੱਕ ਕੇ ਲਾਏ ਔਰ ਗੰਡਾਸਾ ਜਿਹੜਾ ਸੀ ਮ੍ਰਿਤਕ ਦੇ ਸਿਰ ਤੇ ਮਾਰਿਆ, ਜਿਸ ਕਰਕੇ ਮੌਕੇ ਤੋਂ ਡੈਥ ਹੋ ਗਈ। ਔਰ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਕਿ ਉਸ ਦੇ ਬਾਵਜੂਦ ਵੀ ਡੈਡ ਬਾਡੀ ਨੂੰ ਬਾਰ ਬਾਰ ਮਾਰਦੇ ਰਹੇ। ਉਹਨਾਂ ਦੀ ਜਿਹੜੀ ਬਲੱਡ ਸੋਕਡ ਸ਼ਰਟ ਹੈ ਉਹ ਵੀ ਪੁਲਿਸ ਦੀ ਕਸਟਡੀ 'ਚ ਹੈ, ਉਸਦਾ ਫੋਰੈਂਸਿਕ ਟੈਸਟ ਕਰਾਇਆ ਜਾਊਗਾ, ਗੰਡਾਸਾ ਵੀ ਪੁਲਿਸ ਦੀ ਕਸਟਡੀ 'ਚ ਹੈ, CCTV ਫੁਟੇਜ ਦੇ ਵਿੱਚ ਵੀ ਸਾਰਾ ਇੰਸੀਡੈਂਟ ਕੈਪਚਰ ਹੋਇਆ ਤੇ ਉਹ ਵੀ ਪੁਲਿਸ ਦੀ ਕਸਟਡੀ। ਸਭ ਤੋਂ ਪਹਿਲੀ ਗੱਲ ਤਾਂ ਜੀ ਇਹ ਹੈਗੀ ਕਿ ਦੋਸ਼ੀ ਨੇ ਕਾਫੀ ਨਸ਼ਾ ਕੀਤਾ ਹੋਇਆ ਸੀ, ਦੂਜਾ ਉੱਥੇ ਕੋਈ ਨਾ ਕੋਈ ਤੂਤੂ ਮੈਮੇ ਹੋਈ ਹੈ ਜਿਹੜੀ CCTV ਫੁਟੇਜ ਤੋਂ ਗੱਲ ਆਈ ਹੈ। ਤੇ ਬਾਕੀ ਪੁੱਛਗਿੱਛ ਦੌਰਾਨ ਉਹਨਾਂ ਨੇ ਦੱਸਿਆ ਹੈਗਾ ਕਿ ਸ਼ਾਇਦ ਇਹਨਾਂ ਦੀ ਜਿਹੜੀ ਗੁਆਂਢੀ ਹੈਗੀ ਦੋਸ਼ੀ ਦੀ, ਉਹ ਕਹਿੰਦਾ ਹੈਗਾ ਉਸੇ ਦੋਸ਼ੀ ਦੇ ਅਨੁਸਾਰ ਉਸਦੀ ਗੁਆਂਢਣ ਦੇ ਨਾਲ ਆਉਣਾ ਜਾਣਾ ਸੀਗਾ ਆਪਣੇ ਮ੍ਰਿਤਕ ਦਾ, ਬਾਬੂ ਲਾਲ ਭਗਤ ਦਾ, ਤੇ ਇਸ ਕਰਕੇ ਸ਼ਾਇਦ ਉਹਨਾਂ ਨੂੰ ਥੋੜ੍ਹਾ ਜਿਹਾ ਕੁਛ ਓਬਜੈਕਸ਼ਨ ਸੀ, ਜਿਸ ਕਰਕੇ ਮਾਮਲਾ ਥੋੜ੍ਹਾ ਅੱਗੇ ਵਧ ਗਿਆ। ਉਸ ਤੋਂ ਇਲਾਵਾ ਇਹ ਵੀ ਕਹਿੰਦੇ ਕਿ ਮੈਨੂੰ ਗਾਲ ਕੱਢੀ, ਗਾਲ ਕੱਢਣ ਕਰਕੇ ਹੋ ਗਿਆ, ਬਟ ਇਹ ਸੀਗਾ ਕਿ ਮਤਲਬ ਕਿ ਬਹੁਤ ਬੁਰੀ ਤਰੀਕੇ ਤੋਂ ਉਹਨਾਂ ਨੂੰ ਮਤਲਬ ਕਿ ਇਹਨਾਂ ਨੇ ਅਟੈਕ ਕੀਤਾ ਔਰ ਮਰਨ ਦੇ ਬਾਅਦ ਵੀ ਉਹਨੂੰ ਮਾਰਦੇ ਰਹੇ।